ਮਤਲਬ ਨਵਾਂ ਸਾਲ ਇੱਥੇ ਦੁਕਾਨ ਤੇ ਮਨਾਇਆ ਜਾਣਾ ਜਿੱਥੋਂ ਰੋਟੀ ਖਾਈਦੀ ਹੈ, ਸਾਡੇ ਲਈ ਇਹੋ ਹੀ ਹੈ ਨਵਾਂ ਸਾਲ ਤੇ ਇਹੋ ਪੁਰਾਣਾ। ਮਨ ਦੇ ਵਿੱਚ ਕਦੀ ਸੋਚਿਆ ਨੀ ਹੈਗਾ, ਨਾ ਮੇਰੀ ਨਾਲ ਦੀ ਨੇ ਕਦੀ ਸੋਚਿਆ ਵਾ ਵੀ ਅਸੀਂ ਹੈਂਡੀਕੈਪ ਹੈ। ਅਸੀਂ ਆਖਿਆ ਜੀ 100 ਗੁਣਾ ਚੰਗੇ ਬੰਦੇ ਤੁਰਨ ਫਿਰਨ ਵਾਲੇ ਬੰਦੇ ਨੂੰ ਵੀ ਸਹੀ ਹੈ ਜੀ ਆਪਣੀ ਜਗ੍ਹਾ ਤੇ। ਸੋ 31 ਦਸੰਬਰ ਆ ਕੱਲ ਤਾਂ ਲੋਕ ਜਿਹੜੇ ਨੇ ਘੁੰਮਣ ਫਿਰਨ ਜਾਂਦੇ ਨੇ, ਰੈਸਟੋਰੈਂਟ ਦੇ ਵਿੱਚ ਜਾਂਦੇ ਨੇ, ਸੈਲੀਬ੍ਰੇਸ਼ਨ ਕਰਦੇ ਨੇ ਕਿ ਪੁਰਾਣਾ ਸਾਲ ਜਿਹੜਾ ਹੈ ਖੁਸ਼ੀਆਂ ਨਾਲ ਲੰਘ ਗਿਆ ਤੇ ਨਵਾਂ ਸਾਲ ਆ ਜਿਹੜਾ ਉਹ ਖੁਸ਼ੀਆਂ ਭਰਿਆ ਸਾਰੇ ਪਰਿਵਾਰ ਤੇ ਸਾਰਿਆਂ ਦੇ ਉੱਤੇ ਆਵੇ। ਸੋ ਤਸਵੀਰ ਦਿਖਾਵਾਂਗੇ ਤੁਹਾਨੂੰ, ਇੱਕ ਤਸਵੀਰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਚਾਹ ਦਾ ਕੰਮ ਕਰਦਾ ਵੀਰ ਤਾਂ ਹੈਂਡੀਕੈਪ ਹੈ, ਪਰਿਵਾਰ ਦੇ ਵਿੱਚ ਇੱਕ ਬੇਟੀ ਹੈ ਤਾਂ ਨਾਲ ਦੀ ਨਾਲ ਉਹ ਵੀ ਜਿਹੜੀ ਵਾਈਫ ਵੀ ਜਿਹੜੀ ਹੈ ਉਹ ਵੀ ਹੈਂਡੀਕੈਪ ਹੈ। ਸੋ ਆਪਾਂ ਗੱਲਬਾਤ ਵੀ ਕਰਦੇ ਹਾਂ ਪੁਰਾਣੇ ਸਾਲ ਦੀ ਵੀ ਤੇ ਨਵੇਂ ਸਾਲ ਦੀ ਵੀ, ਇਹਨਾਂ ਦਾ ਨਵਾਂ ਸਾਲ ਕਿੱਥੇ ਮਨਾਇਆ ਜਾਣਾ ਤੇ ਪੁਰਾਣਾ ਸਾਲ ਕਿੱਥੇ ਮਨਾਉਂਦੇ ਨੇ, ਉਹ ਗੱਲਬਾਤ ਕਰਦੇ ਆ। ਸੋ ਨਮਸਤੇ ਭਾਈ, ਕੀ ਨਾਮ ਜੀ? ਸੋਨੂ ਜੀ। ਸੋਨੂ ਜੀ, ਲੋਕ ਘੁੰਮਣ ਫਿਰਨ ਜਾਂਦੇ ਨੇ, ਕੋਈ ਸ਼ਿਮਲੇ, ਕੋਈ ਮਨਾਲੀ, ਕੋਈ ਕਿਤੇ ਜਾਂਦਾ, ਕੋਈ ਰੈਸਟੋਰੈਂਟ ਸੈਲੀਬ੍ਰੇਸ਼ਨ ਕਰਨ ਜਾਂਦਾ, ਤੁਹਾਡਾ ਪੁਰਾਣਾ ਸਾਲ ਤੇ ਨਵਾਂ ਸਾਲ ਕਿੱਥੇ ਮਨਾਇਆ ਜਾਣਾ, ਕੀ ਕਹਿਣਾ ਚਾਹੁੰਦੇ? ਸਾਡਾ ਪੁਰਾਣਾ ਨਵਾਂ ਸਾਲ ਇੱਥੇ ਦੁਕਾਨ ਤੇ ਮਨਾਇਆ ਜਾਣਾ ਜਿੱਥੋਂ ਰੋਟੀ ਖਾਈਦੀ ਹੈ, ਸਾਡੇ ਲਈ ਇਹੋ ਹੀ ਹੈ ਨਵਾਂ ਸਾਲ ਤੇ ਇਹੋ ਪੁਰਾਣਾ, ਪਰ ਕੁਛ ਵਾ ਅਸੀਂ ਇੱਥੇ ਹੀ ਆਪ ਮਿਲਣਾ। ਸੋ ਚਿਹਰੇ ਤੇ ਬੜੀ ਮੁਸਕਰਾਹਟ ਹੈ, ਕਦੇ ਸੋਚਿਆ ਨੀ ਕਿ ਏਦਾਂ ਦੇ ਹਾਲਾਤ ਦੇ ਵਿੱਚ ਵੀ ਹੈਗਾ, ਪਰ ਫਿਰ ਵੀ ਇਹ ਗੱਲ ਦਿਮਾਗ 'ਚ ਕਦੀ ਲੱਗ ਨਹੀਂ। ਮੈਨੂੰ ਇੱਕ ਦੋ ਵਾਰੀ ਨਾ ਰਾਜ ਬੰਦਿਆਂ ਨੇ ਪੁੱਛਿਆ ਵਾ, ਜੇ ਮੈਂ ਸਵੇਰੇ ਆਉਂਦਾ ਨਾ ਕਿਸੇ ਵੇਲੇ ਤਾਂ ਪੁੱਛਦੇ ਮੈਨੂੰ ਵੀ ਤੂੰ ਕੰਮ ਕਾਹਦਾ ਕਰਨਾ, ਮੈਂ ਚਾਹ ਦਾ ਕਰਨਾ ਭਾਈ, ਤੇ ਕਹਿੰਦਾ ਫਿਰ ਇਕੱਲਾ ਹੀ ਕਰਨਾ, ਮੈਂ ਜੀ ਇਕੱਲਾ ਹੀ ਕਰਨਾ ਵਾ, ਕਹਿੰਦਾ ਅਸੀਂ ਤੈਨੂੰ ਵੇਹਨੇ ਆ ਵੀ ਤੂੰ ਮੈਂ ਸਵੇਰੇ ਜਾਣਾ ਦੁਪਹਿਰੇ ਵੀ, ਰਾਤ ਨੂੰ ਵੀ ਮੁਰਗੇ ਤੋਂ ਆਉਂਦਾ ਸਿਲੰਡਰ ਲੱਗਿਆ ਹੁੰਦਾ ਨਾਲ, ਤੇ ਮੈਂ ਨਹੀਂ ਠੀਕ ਹੈ ਕਹਿੰਦਾ ਉਹ ਵੀ ਇਹਨਾਂ ਉਹਨਾਂ ਨੇ ਮੈਨੂੰ ਇਹ ਗੱਲ ਕਹੀ, ਕਹਿੰਦਾ ਤੂੰ ਆਪਣੇ ਆਪ 'ਚ ਖੁਸ਼ ਹੈ? ਮਤਲਬ ਮੈਂ ਹਾਂਜੀ ਭਾਜੀ ਮੈਂ ਬੜਾ ਖੁਸ਼ ਹਾਂ ਆਪਣੇ ਆਪ 'ਚ, ਮਿਹਨਤ ਕਰਕੇ ਖਾਣਾ। ਸੋ ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਪਰਿਵਾਰ ਦੇ ਵਿੱਚ ਅਸੀਂ 3 ਭਰਾ ਹੈ, 1 ਭੈਣ ਹੈ, ਨਾਲ ਦੀ ਮੇਰੀ ਹੋ ਗਈ, ਵੱਡੇ ਦੀ ਨਾਲ ਦੀ ਹੋ ਗਈ, ਡੈਡੀ ਹੈ ਮੇਰੇ ਤੇ ਗੁੜੀਆ ਮੇਰੀ। ਤੇ ਨਾਲ ਦੀ ਤੁਹਾਡੀ ਠੀਕ ਹੈ? ਨਾ ਉਹ ਵੀ ਹੈਂਡੀਕੈਪ ਹੈ ਮੇਰੇ, ਹੈਂਡੀਕੈਪ ਉਹ ਵੀ ਇਦਾਂ ਹੀ ਘਰ ਰੇੜੀ ਉੜ ਕੇ ਫਰਸ਼ ਤੇ ਕੰਮ ਕਰਨਾ ਹੁੰਦਾ, ਰੇੜੀ ਜੀ ਬਣਾ ਕੇ ਦਿੱਤੀ ਨੀਗੀ ਜੀ, ਉਹਦੇ ਉੱਤੇ ਤੇ ਕੱਪੜੇ ਵੀ ਧੋਣੇ ਆ, ਨਾ ਰੋਟੀ ਰਾਟੀ ਵੀ ਜੋ ਵੀ ਬਣਾਉਣੀ ਆ ਉਹ ਮੈਂ ਇਦਾਂ ਹੀ ਬਣਾਉਣੀ। ਕਹਿਣ ਦਾ ਮਤਲਬ ਕਿ ਪਰਿਵਾਰ ਫਿਰ ਖੁਸ਼ ਹੈ, ਉਹ ਸਾਥ ਜੀਵਨ ਸਾਥੀ ਜਿਹੜੇ ਉਹ ਵੀ ਇਦਾਂ ਦੇ ਨੇ, ਤੁਸੀਂ ਪਰ ਕਦੇ ਮਨ ਦੇ ਵਿੱਚ ਨਹੀਂ ਆਇਆ ਇਦਾਂ ਦਾ ਕਿ ਮਨ ਦੇ ਵਿੱਚ ਕਦੀ ਸੋਚਿਆ ਨਹੀਂ ਹੈਗਾ, ਨਾ ਮੇਰੀ ਨਾਲ ਦੀ ਨੇ ਕਦੀ ਸੋਚਿਆ ਵਾ ਵੀ ਅਸੀਂ ਹੈਂਡੀਕੈਪ ਹੈ। ਅਸੀਂ ਆਖਿਆ ਜੀ 100 ਗੁਣਾ ਚੰਗੇ ਬੰਦੇ ਤੁਰਨ ਫਿਰਨ ਵਾਲੇ ਬੰਦੇ ਨੂੰ ਵੀ ਸਹੀ ਹੈ ਜੀ ਆਪਣੀ ਜਗ੍ਹਾ ਤੇ, ਖੁਸ਼ ਹੈ ਮਤਲਬ ਨਾਲ ਦੀ ਮੇਰੀ, ਮੈਨੂੰ ਵਿਚਾਰੀ ਕੋਈ। ਸੋ 31 ਦਸੰਬਰ ਆ ਕੱਲ ਪੁਰਾਣਾ ਸਾਲ ਖਤਮ ਹੋ ਜਾਣਾ ਤੇ ਨਵਾਂ ਸਾਲ ਜਿਹੜਾ ਸ਼ੁਰੂ ਹੋ ਜਾਣਾ 1 ਤਰੀਕ ਤੋਂ, ਲੋਕੀ ਘੁੰਮਣ ਜਾਂਦੇ ਨੇ ਦੂਰ ਦੂਰ, ਤੁਸੀਂ ਫਿਰ ਤੁਹਾਡਾ ਨਵਾਂ ਸਾਲ ਤੇ ਪੁਰਾਣਾ ਸਾਲ ਕੀ ਕਹਿਣਾ ਚਾਹੁੰਦੇ? ਨਵਾਂ ਸਾਲ ਭਾਜੀ ਪੁਰਾਣਾ ਸਾਲ ਇਹੋ ਹੀ ਆ, ਕਿਉਂ ਵੇਖ ਕੇ ਕਹੀਦਾ ਕਿਸੇ ਵੇਲੇ ਫਿਰਦਾ ਤੁਰਦਾ ਵਾ, ਵੇਖੀਦਾ ਆਉਂਦਾ ਮੰਝ, ਪਰ ਫਿਰ ਉਹ ਦਿਮਾਗ 'ਚ ਲਿਆਈ ਦੀ ਗੱਲ ਉਹ ਚੜ ਦੇ ਦੀ ਆ, ਬਸ ਇਹਦੇ ਵੱਲ ਵੇਖੀਦਾ ਆਪਣੇ ਵੱਲ, ਠੀਕ ਆ ਆਪਣੇ ਵਿਆਹ ਕਰਤਾ ਹੈ, ਜ਼ਿੰਦਗੀ ਚੱਲਣ ਡੀ ਬੜੀ ਵਧੀਆ, ਰਮਾਨ ਨਾਲ ਮੰਗਣ ਮੁੰਗਣ ਵਾਲੇ ਬੰਦੇ ਕਦੀ ਨਹੀਂ ਗਿਆ ਹੈਗਾ, ਮਿਹਨਤ ਕਰਕੇ ਮੇਰਾ ਦਿਮਾਗ ਇਹਨੇ ਮਿਹਨਤ ਕਰਕੇ ਘਰ ਦੇ ਅੱਗੇ ਜਾਰਾ ਫਿਰ ਚੱਲ ਜਾਂਦਾ, ਚਾਹ ਨਾਲ ਦਾਲ ਫੁਲਕਾ ਚੱਲ ਜਾਂਦਾ, ਕੀ ਕਰਨਾ ਫਿਰ ਚਲਾਉਣਾ ਪੈਂਦਾ। ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ? ਇਹੋ ਅਪੀਲ ਕਰਨਾ ਚਾਹੁੰਦਾ ਵਾ ਵੀ ਮਿਹਨਤ ਕਰੋ ਵੱਧ ਤੋਂ ਵੱਧ, ਜੋ ਮਿਹਨਤ ਕਰਨ ਚ ਮਜ਼ਾ ਨਾ ਉਹ ਚੀਜ਼ ਹੋਰ ਬਿਹਤਰੀ ਮਜ਼ਾ, ਇਹੋ ਰੋਟੀ ਖਾਧੀ ਦਾ ਸਕੂਨ ਵੀ ਉਹਦਾ, ਨੀਂਦ ਵੀ ਸੌਖੀ ਹੋ ਗਈ। ਸੋ ਗੱਲਬਾਤ ਕੀਤੀ ਹੈ ਜੀ, ਉਹਨਾਂ ਨੇ ਕਿਹਾ ਜੀ ਸਾਡੇ ਵਾਸਤੇ 31 ਦਸੰਬਰ ਹੈ ਤੇ ਨਵਾਂ ਸਾਲ ਇਹੀ ਹੈ, ਤਾਂ ਮੈਂ ਅਪੀਲ ਵੀ ਕਰਦਾ ਵਾਂ ਕਿ ਮਿਹਨਤ ਦੀ ਰੋਟੀ ਖਾਂਦੇ ਹਾਂ ਤਾਂ ਬੜਾ ਸਕੂਨ ਆਉਂਦਾ ਹੈ, ਤਾਂ ਨੀਂਦ ਜਿਹੜੀ ਹੈ ਸੌਖੀ ਪੈਂਦੀ ਹੈ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਹਿੰਮਤ ਆ ਵੀਰ ਦੀ, ਹਸਬੈਂਡ ਵਾਈਫ ਆ ਦੋਨੇ ਹੈਂਡੀਕੈਪ ਨੇ, ਇੱਕ ਗੁੜੀਆ ਹੈ, ਤੇ ਕੰਮ ਕਰਦੇ ਨੇ, ਮਿਹਨਤ ਕਰਦੇ ਨੇ,
31 ਦਸੰਬਰ ਤੇ ਨਵਾਂ ਸਾਲ ਵੀ ਜਿਹੜਾ ਹੈ ਇੱਥੇ ਹੀ ਉਹਨਾਂ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਦਾਨੀ ਸੱਜਣ ਤੱਕ ਪਹੁੰਚੇ ਤਾਂ ਉਹ ਵੀ ਦੇਖ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ। ਸੋ ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ ਲੱਕੀ ਰਾਜਪੂਤ, ਗੁਰਦਾਸਪੁਰ।